ਬਕਾਇਆ 54 ਵੱਲੋਂ ਗਾਏ ਖਰੀ ਗਾਏ ਦੇ ਵਿੱਚ ਖੁਰ ਤੋਂ ਲੈ ਕੇ ਕੰਡ ਤੱਕ ਕੋਈ 1% ਵੀ ਐਬ ਹੋਇਆ, ਬਿਮਾਰੀ ਹੋਈ, ਪਲੀ ਕਰਨੀ ਲਾਈਵ ਮਨਾਈ 1 ਕਿਲੋ ਦੁੱਧ ਵੀ ਮੱਝਾਂ ਤਰ੍ਹਾਂ ਸੰਘਣਾ, ਮੱਝਾਂ ਤਰ੍ਹਾਂ ਫੁੱਲ ਤੇ ਫੁੱਲ ਵਾਈਟ 2 ਕਿਲੋ ਰਹਿਮਾਨ ਰਹੀਮ ਕੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ ਯੇ ਜਹਾਂ ਚੀਜ਼ ਹੈ ਕਿਆ ਸਭ ਲੋਹ ਕਲਮ ਤੇਰੇ ਹੈ। ਅਸਲਾਮ ਅਲੈਕੁਮ ਦੋਸਤੋ, ਉਮੀਦ ਕਰਨਾ ਕਿ ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਔਰ ਮੇਰੇ ਪਾਕਿਸਤਾਨ ਐਨੀਮਲ ਟੀਵੀ ਨਾਲ ਮੇਰੇ ਜਿੰਨੇ ਵੀ ਵੀਰ ਭਰਾ ਪਿਆਰ ਕਰਦੇ ਨੇ, ਉਮੀਦ ਕਰਾਂ ਨਾ ਜਿੱਥੇ ਵੀ ਵੱਸ ਰਹੇ ਹੋਵੰਦੇ ਖੁਸ਼ ਵੱਸ ਰਹੇ ਹੋਵੰਦੇ, ਅੱਲਾ ਦੇ ਢੇਰ ਇਨਾਮਾਤੋ ਕਰਾਮ ਮੇਰੇ ਵੀਰਾਂ ਭਰਾਵਾਂ ਜਰਾਬ ਨਾਜ਼ਰ ਹੋ ਰਹਾ ਹੁੰਦੇ। ਜਰਾਬ ਸਭ ਤੋਂ ਪਹਿਲੇ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਵੀਰਾਂ ਭਰਾਵਾਂ ਦਾ ਜੋ ਆਲਰੇਡੀ ਪਾਕਿਸਤਾਨ ਐਨੀਮਲ ਟੀਵੀ ਨੂੰ ਸਬਸਕ੍ਰਾਈਬ ਕਰ ਚੁੱਕੇ ਨੇ ਜਾਂ ਡੇਲੀ ਬੇਸ 'ਤੇ ਆਪਣਾ ਕੀਮਤੀ ਟਾਈਮ ਨਿਕਾਲ ਕੇ ਪਾਕਿਸਤਾਨ ਐਨੀਮਲ ਟੀਵੀ ਨੂੰ ਵਿਜ਼ਿਟ ਕਰਦੇ ਨੇ। ਜਰਾਬ ਬੜੇ ਹੀ ਮੇਰੇ ਦੋਸਤਾਂ ਦੀ ਰਿਕੁਐਸਟ ਸੀ ਕਿ ਅਬਦੁਲ ਰਹੀਮ ਬਾਈ ਕੋਈ ਵਲੈਤੀ ਕਰਾਸ ਦੇ ਵਿੱਚ ਅੱਛੀ ਬਰੀਡ ਦੀ ਅੱਛੀ ਨਸਲ ਦਾ ਘਰੇਲੂ ਜਾਨਵਰ ਹੋਵੇ ਜਨਾਬ ਅਲੀ ਸਾਡੇ ਵਾਸਤੇ ਲੈ ਕੇ ਹਾਜ਼ਰ ਹੋਇਆ ਜੀ। ਜਨਾਬ ਅੱਜ ਵੀਰਾਂ ਭਰਾਵਾਂ ਦੀ ਡਿਮਾਂਡਾਂ ਸ਼ੌਕ ਪੂਰੇ ਕਰਨ ਦੀ ਖਾਤਰ ਇੱਕ ਬੜਾ ਹੀ ਖੂਬਸੂਰਤ, ਬੜਾ ਹੀ ਨਾਯਾਬ, ਬੜਾ ਹੀ ਅੱਛਾ ਅਤੇ ਖਰਾ ਘਰੇਲੂ ਜਾਨਵਰ ਵੀਰਾਂ ਭਰਾਵਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਇਨਸ਼ਾਅੱਲਾ ਮੇਰੇ ਜਿੰਨੇ ਵੀ ਵੀਰ ਭਰਾ ਅੱਛੀ ਗਾਂ ਦੀ ਡਿਮਾਂਡ ਕਰਦੇ ਨੇ ਆਪਣੇ ਘਰ ਬੈਠਿਆਂ, ਕਹਿੰਦੇ ਨੇ ਕਿ ਅਬਦੁਲ ਰਹੀਮ ਬਾਈ ਕੋਈ ਬਿਹਤਰੀਨ ਸਜ਼ਾ ਦੀ ਗਰੰਟੀ ਵਾਲੀ ਅਸੀਲ ਸ਼ਰਾਫ ਕਰਾਸ ਦੇ ਵਿੱਚ ਹੋਵੇ ਅਤੇ ਚੰਗੇ ਦੁੱਧ ਦੇਣ ਵਾਲੀ ਗਾਏ ਹੋਵੇ ਸਾਡੇ ਵਾਸਤੇ ਲੈ ਕੇ ਹਾਜ਼ਰ ਹੋਇਆ। ਜਨਾਬ ਅੱਜ ਇੱਕ ਤੋਹਫਾ ਲੈ ਕੇ ਹਾਜ਼ਰ ਹੋਇਆ, ਤੋਹਫਾ ਇੱਕ ਨਹੀਂ, ਤੋਹਫੇ 2 ਨੇ। ਇੱਕ ਦੀਆਂ 2 ਗਾਵਾਂ ਨੇ, ਇਹ ਗਾਏ ਉਹਨਾਂ ਵੀਰਾਂ ਭਰਾਵਾਂ ਵਾਸਤੇ ਨੇ ਕਿਹੜੇ ਅੱਛੀ ਤੋਂ ਅੱਛੀ ਗਾਏ ਦੀ ਜਨਾਬ ਵਾਲੀ ਕਰਦੇ ਡਿਮਾਂਡ। ਲਾਈਵ ਚੁਆਈ, ਲਾਈਵ ਪੈਂਟਾ, ਲਾਈਵ ਗੜਵੀ ਉਹਦੀ ਅਤੇ ਲਾਈਵ ਸਾਰੇ ਗੱਲਾਂ ਬਾਤਾਂ ਮਾਲਕ ਨਾਲ ਕਰਕੇ ਮੈਂ ਆਪਣੇ ਵੀਰਾਂ ਭਰਾਵਾਂ ਜਨਾਬ ਵਾਲੀ ਕਰਾਵਾਂ ਤਸੱਲੀ। ਗਾਏ ਦਿਖਾਉਂਦੇ ਹਾਂ ਔਰ ਨਾਲ ਨਾਲ ਆਪਣੇ ਸਬਸਕ੍ਰਾਈਬਰ ਦੇ ਜਨਾਬ ਵਾਲੀ ਗੱਲਾਂ ਸ਼ੇਅਰ ਕਰਨਾ ਪੈ ਜਾਣ। ਗਾਏ ਦਿਖਾਏ ਮੀਆਂ ਜਵੇਦ ਗਾਂ ਇੱਥੇ ਲਿਆ ਯਾਰ, ਇੱਥੇ ਛੱਡ ਤੇ ਲਿਆ ਗਾਂ ਯਾਰ। ਇਹ ਜਨਾਬੇ ਵਾਲੀ ਗਾਏ ਮੇਰੇ ਵੀਰਾਂ ਭਰਾਵਾਂ ਦੇ ਸਾਹਮਣੇ ਆ ਗਈ। ਜਨਾਬੇ ਵਾਲੀ ਗਾਏ ਵਲੈਤੀ ਦਾ ਕਰਾਸ ਹੈ ਮਾਸ਼ਾਅੱਲਾ, ਦੂਸਰਾ ਵਾਰਾ ਡਿਲੀਵਰ ਕੀਤਾ, ਤਕਰੀਬਨ 10 ਤੋਂ 12 ਦਿਨ ਹੋਊਗਾ ਦੂਸਰਾ ਵਾਰਾ ਗਾਏ ਨੂੰ ਡਿਲੀਵਰ ਕੀਤਾ। ਮੂੰਹ 'ਚ ਸ਼ਰਤੀਆ ਜਵਾਨ ਨੇ ਪੂਰੀ ਏ ਅਤੇ ਫੁੱਲ ਕਰਾਸ ਹੈ ਦੋਸਤੋ, ਫੁੱਲ ਕਰਾਸ, ਦੇਸੀ ਦਾ ਕੋਈ ਕਰਾਸ ਨਹੀਂ ਹੈਗਾ, ਵਲੈਤੀ ਕਰਾਸ ਹੈ ਮਾਸ਼ਾਅੱਲਾ, ਦੂਸਰਾ ਵਾਰਾ, ਪਿੱਛੇ ਬਛੜੀ ਵੀ ਕਰਾਸ ਹੈ। ਇੱਕ ਦੀਆਂ 2 ਗਾਵਾਂ ਨੇ, ਸਭ ਤੋਂ ਪਹਿਲੇ ਮੇਰੇ ਵੀਰਾਂ ਭਰਾਵਾਂ ਨੇ ਜਨਾਬਿਆਂ ਲਈ ਵੱਛੀ ਦੇਖਣੀ ਮਾਸ਼ਾਅੱਲਾ। ਗਾਏ ਦੇ ਪਿੱਛੇ ਕਿਹੜੀ ਵੱਛੀ ਏ, ਬੜੀ ਸ਼ਾਨਦਾਰ, ਬੜੀ ਆਲਾ ਤੁਆਲਾ ਨਸਲ ਜ਼ਾਤ ਵੱਲੋਂ ਬੜੀ ਕਮਾਲ ਦੀ ਪਿੱਛੇ ਬਛੜੀ ਏ ਦੋਸਤੋ, ਇੱਕ ਰਾਸ ਬਛੜੀ ਏ ਮਾਸ਼ਾਅੱਲਾ, ਬੜਾ ਬੜੀ ਖੂਬਸੂਰਤ। ਇੱਕ ਦੀਆਂ 2 ਗਾਵਾਂ ਨੇ ਮੇਰੇ ਵੀਰਾਂ ਭਰਾਵਾਂ ਨੇ ਗਾਏ ਦਾ ਜਨਾਬਿਆਂ ਲਈ ਕੱਦ ਦੇਖਣਾ ਮਾਸ਼ਾਅੱਲਾ। ਗਾਏ ਕੋਲ ਕੱਦ ਬੜਾ ਹੀ ਵੱਡਾ, ਫਰਿਜ਼ਨਾਂ ਤਰ੍ਹਾਂ, ਜਰਸੀ ਕਰਾਸ ਗਾਵਾਂ ਤਰ੍ਹਾਂ। ਗਾਏ ਕੋਲ ਕਿਹੜੀ ਬਾਰੀਕੀਆਂ ਨੇ ਉਹ ਮੇਰੇ ਵੀਰਾਂ ਭਰਾਵਾਂ ਨੇ ਦੇਖਣੀ ਕਿ ਗਾਏ ਫੁੱਲ ਬਾਰੀਕ ਹੈ ਮਾਸ਼ਾਅੱਲਾ। ਕਰਾਸ ਨਸਲ ਹਮੇਸ਼ਾ ਤੋਂ ਅੱਛੀ ਨਸਲ ਦੀ ਹੁੰਦੀ, ਬਾਰੀਕ ਏ ਚਮੜੀ ਵੱਲੋਂ, ਫੁੱਲ ਬਾਰੀਕ ਏ। ਗਾਏ ਕੋਲ ਕੱਦ ਵੀ ਚੰਗਾ, ਗਾਏ ਕੋਲ ਵਲੈਤੀ ਕਰਾਸ, ਗਾਏ ਕੋਲ ਲੰਬਾਈ ਵੀ ਚੰਗੀ ਏ ਅਤੇ ਗਾਏ ਕੋਲ ਖੂਬਸੂਰਤੀਆਂ, ਨਸਲਾਂ, ਜ਼ਾਤਾਂ ਅਤੇ ਪ੍ਰਿੰਟ ਬੜਾ ਹੀ ਲਾਜਵਾਬ ਮਾਸ਼ਾਅੱਲਾ। ਇੱਕ ਦੀਆਂ 2 ਗਾਵਾਂ ਨੇ, ਵੱਛੀ ਵੀ ਕਰਾਸ, ਗਾਏ ਵੀ ਕਰਾਸ। ਵੀਰਾਂ ਭਰਾਵਾਂ ਨੇ ਮੇਰਿਆਂ ਨੇ ਖੁਰ ਤੋਂ ਲੈ ਕੇ ਜਨਾਬੇ ਲਈ ਕੰਢ ਤੱਕ ਨਜ਼ਰ ਮਾਰਨੀ ਮਾਸ਼ਾਅੱਲਾ। ਗਾਏ ਕੋਲ ਜਵਾਨੀ, ਗਾਏ ਕੋਲ ਸ਼ਾਨੋ ਸ਼ੌਕਤ ਅਤੇ ਗਾਏ ਕੋਲ ਆਰਡਰ ਕੁਆਲਿਟੀਆਂ, ਅੱਲਾ ਦੇ ਫਜ਼ਲ ਨਾਲ ਬੜੀਆਂ ਹੀ ਸ਼ਾਨਦਾਰ ਅਤੇ ਬੜੀਆਂ ਹੀ ਆਲਾ ਨੇ ਮਾਸ਼ਾਅੱਲਾ। ਗਾਏ ਦੀ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਗਾਏ ਕੋਲ ਫੇਸ ਕੁਆਲਿਟੀ ਵੀ ਬੜੀ ਸ਼ਾਨਦਾਰ ਮਾਸ਼ਾਅੱਲਾ। ਸਿੰਘ ਦੇਖਣਾ, ਛੋਟਾ ਛੋਟਾ ਓਰਿਜਿਨਲ ਸਿੰਘ ਮਾਸ਼ਾਅੱਲਾ, ਫੇਸ ਕੁਆਲਿਟੀ ਬੜੀ ਸ਼ਾਨਦਾਰ ਅਤੇ ਖੁਰ ਵੀ ਬਿਲਕੁਲ ਕੋਲੀ ਟਾਈਪ ਨੇ ਮਾਸ਼ਾਅੱਲਾ। ਵਜੂਦ ਗਾਏ ਕੋਲ, ਬਾਡੀ ਸਟਰਕਚਰ ਗਾਏ ਕੋਲ ਅਤੇ ਨਸਲਾਂ ਜ਼ਾਤਾਂ ਗਾਏ ਕੋਲ ਅਤੇ ਕਿਹੜੀਆਂ ਖੂਬਸੂਰਤੀਆਂ ਨੇ, ਬੜੀਆ ਹੀ ਆਲਾ ਨੇ ਮਾਸ਼ਾਅੱਲਾ। ਵੀਰਾਂ ਭਰਾਵਾਂ ਨੇ ਆਰਡਰ ਕੁਆਲਿਟੀ ਦੇਖਣੀ ਮਾਸ਼ਾਅੱਲਾ। ਥੋੜ੍ਹਾ ਅੱਗੇ ਕਰੇ ਨਾ।
ਗਾਏ ਦੀ ਆਰਡਰ ਕੁਆਲਿਟੀ ਦੀ ਗੱਲ ਕਰੀਏ ਤਾਂ ਗਾਏ ਕੋਲ ਕਿਹੜੀ ਓਰਿਜਨਲ ਲਿਬਾਸ ਵਨ ਹੈ, ਟਾਈਮ ਟੂ ਟਾਈਮ ਉਹ ਮੇਰੇ ਵੀਰਾਂ ਭਰਾਵਾਂ ਦੇ ਜਨਾਬਿਆਂ ਲਈ ਸਾਹਮਣੇ ਹੈਗਾ। ਕਾਲਾ ਥਣ ਮਾਸ਼ਾਅੱਲਾ ਮੱਝਾਂ ਤਾਰਾਂ ਗਿੱਠ ਗਿੱਠ ਦੀਆਂ ਵਿਰਲਾਂ ਦੇ ਇੱਥੇ ਖਲਵਾ ਲਈ ਇੱਕ ਦਫ਼ਾ ਯਾਰ, ਗਿੱਠ ਗਿੱਠ ਦੀਆਂ ਵਿਰਲਾਂ ਦੇ ਵਿੱਚ ਮਾਸ਼ਾਅੱਲਾ, ਅਤੇ ਆਰਡਰ ਕੁਆਲਿਟੀ ਬੜੀ ਸ਼ਾਨਦਾਰ ਹੈ ਗਾਏ ਕੋਲ ਮਾਸ਼ਾਅੱਲਾ, ਬਾਰੀਕ ਨਸਲੇ ਕਰਾਸ ਦੇ ਵਿੱਚ ਅੱਲਾ ਦੇ ਫਜ਼ਲ ਨਾਲ, ਥਣ ਵੀ ਮੁੱਠ ਭਾ ਰਹੇ ਜਨਾਬਿਆਂ ਲਈ ਅਤੇ ਵਿਰਲਾਂ ਵੀ ਚੰਗੇ ਸਿੱਧਾ ਲਏ ਸਿੱਧਾ ਲੈਂਦੇ। ਇਹ ਮੇਰੇ ਵੀਰਾਂ ਭਰਾ ਟਰਾਹ ਦੇਖਣਾ, ਇੱਕ ਇੱਕ ਕਦਮ ਤੇ ਇੱਕ ਇੱਕ ਸਟੈਪ ਜਨਾਬਿਆਂ ਨਜ਼ਰ ਮਾਰਨੀ ਮਾਸ਼ਾਅੱਲਾ, ਤਸੱਲੀ ਕਰ ਲੈਣ ਟਰਾਹ ਫਰਾ ਦੀ, ਟਰਾਹ ਫਰਾ ਕੇ ਵੀਰਾਂ ਭਰਾਵਾਂ ਦੀ ਮੈਂ ਤਸੱਲੀ ਕਰਾ ਦਿਆਂ ਦਾ, ਬਕਾਇਆ ਆਰਡਰ ਕੁਆਲਿਟੀ ਵੀ ਗਾਏ ਦੀ ਮੇਰੇ ਵੀਰਾਂ ਭਰਾ ਨੇ ਵੇਖ ਲੈਣੀ। ਨਸਲਾਂ ਜਾਤਾਂ ਵੱਲੋਂ ਗਾਏ ਵਲੈਤੀ ਕਰਾਸ ਮਾਸ਼ਾਅੱਲਾ ਇੱਕ ਦੀਆਂ ਦੋ ਗਾਵਾਂ ਨੇ, ਅੱਜ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਦੇਣੀ ਜਨਾਬਿਆਂ ਲਈ ਤਸੱਲੀ ਕਰਨੀ, ਮੈਂ ਲਾਈਵ ਚੁਆਈ ਕਰਾਉਣਾ, ਲਾਈਵ ਗੱਡਵੀ ਅਤੇ ਲਾਈਵ ਪੈਂਟ ਹੈ ਜਨਾਬਿਆਂ ਲਈ। ਇਹ ਬੱਛੜੀ ਮਾਸ਼ਾਅੱਲਾ ਬੜੀ ਕਮਾਲ ਦੀ, ਬੜੀ ਨਸਲਜ਼ਾਦ ਦੀ ਅਤੇ ਬੜੀ ਆਲਾ ਹੀ ਗਾਏ ਦੇ ਪਿੱਛੇ ਬੱਛੜੀ ਅੱਲਾ ਦੇ ਫਜ਼ਲ ਨਾਲ, ਅਤੇ ਅੱਜ ਜੋ ਕੀਮਤ ਹੋਣੀ, ਜੋ ਰੇਟ ਹੋਣਾ, ਸਿਰਫ ਵੱਛੀ ਦਾ ਹੀ ਰੇਟ ਹੋਣਾ। ਇਹ ਨਜ਼ਰ ਮਾਰ ਲੈਣੀ, ਲਾਈਵ ਚੁਆਈ ਕਰਾਉਣ ਲੱਗੇ ਹਾਂ, ਵੀਡੀਓ ਲੰਬੀ ਨਾ ਹੋ ਜਾਵੇ ਜਨਾਬਿਆਂ ਲਈ, ਲਾਈਵ ਚੁਆਈ ਹੋ ਜਾਏ ਦੀ ਅਤੇ ਲਾਈਵ ਗੱਡੀ ਵੱਜ ਕੇ ਫੈਂਟਾ ਹੋ ਜਾਏ ਕਿ ਗਾਏ ਕੋਲ ਹਾਜ਼ਰ ਮੌਕੇ, ਟਾਈਮ ਟੂ ਟਾਈਮ ਦੁੱਧ ਕਿੰਨਾ ਉਹ ਮੇਰੇ ਵੀਰਾਂ ਭਰਾਵਾਂ ਦੇ ਜਨਾਬਿਆਂ ਲਈ ਸਾਹਮਣੇ ਆ ਜਾਣਾ। ਲਓ ਵੱਛੀ ਲਓ ਯਾਰ, ਚਮੜੀ ਫੁੱਲ ਬਾਰੀਕ ਵੱਖੀ ਛੋਟੀ ਮਾਸ਼ਾਅੱਲਾ, ਬੋਡੀ ਸਟਰਕਚਰ ਗਾਏ ਕੋਲੇ ਬੜਾ ਖੁੱਲ੍ਹਾ ਮਾਸ਼ਾਅੱਲਾ, ਨਸਲ ਵੱਲੋਂ ਨਵਾਬੀ, ਕੱਦ ਕਾਠ ਵੱਲੋਂ ਸ਼ਾਨਦਾਰ, ਜਨਮਨ ਦੂਸਰਾ ਵਾਰਾ, ਮੂੰਹ 'ਚ ਸ਼ਰਤੀਆ ਜਵਾਨ ਅਤੇ ਇੱਕ ਦੀਆਂ ਦੋ ਗਾਵਾਂ ਮਾਸ਼ਾਅੱਲਾ। ਤਸੱਲੀ ਮੇਰੇ ਵੀਰਾਂ ਭਰਾਵਾਂ ਨੇ ਪੂਰੀ ਕਰਾਉਣੀ, ਟਾਈਮ ਟਾਈਮ ਲਾਈਵ ਚੁਆਈ ਕਰਾ ਕੇ ਵੀਰਾਂ ਭਰਾਵਾਂ ਨੂੰ ਦੱਸਣਾ, ਬਕਾਇਆ ਵੀਰਾਂ ਭਰਾਵਾਂ ਨੂੰ ਹਮੇਸ਼ਾ ਗੱਲ ਕਰੀ ਦਈਏ ਕਿ ਆਪਣੇ ਘਰ ਬੈਠਿਆਂ ਬਿਹਤਰੀਨ ਨਸਲਜ਼ਾਦ ਦਾ, ਗਰੰਟੀਆਂ ਵਾਲਾ, ਸ਼ਾਨੋ ਸ਼ੌਕਤ ਵਾਲਾ, ਕੱਦ ਕਾਠ ਵਾਲਾ, ਖੂਬਸੂਰਤ ਅਤੇ ਅਸੀਲ ਸ਼ਰਾਫ ਜਾਨਵਰ ਲੈਣ ਵਾਸਤੇ ਪਾਕ ਪਤਨ ਐਨੀਮਲ ਟੀ ਵੀ ਨੂੰ ਵੀਰਾਂ ਭਰਾਵਾਂ ਨੇ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ। ਲਾਈਵ ਚੁਆਈ ਭਾਈਜਾਨ, ਇੱਕ ਇੱਕ ਥਾਂ ਦੀ ਧਾਰ ਮਾਰ ਕੇ ਦਿਖਾਉਣੀ, ਤਸੱਲੀ ਕਰਾ ਦੇਣੀ ਗਾਏ ਦਾ ਚੁਆ ਕਿਵੇਂ ਦਾ, ਕੈਸਾ ਚੁਆ ਹੈ, ਧਾਰ ਸ਼ਰਕ ਹੈ, ਸਾਰੀ ਤਸੱਲੀਆਂ ਕਰਾਉਣੀਆਂ। ਇਹ ਮੇਰੇ ਵੀਰਾਂ ਭਰਾਵਾਂ ਨੇ ਧਾਰਾਂ ਚੈੱਕ ਕਰ ਲੈਣੀ ਮਾਸ਼ਾਅੱਲਾ, ਠੀਕ ਹੋ ਗਿਆ। ਇਹ ਮੇਰੇ ਵੀਰਾਂ ਭਰਾਵਾਂ ਨੇ ਧਾਰਾਂ ਚੈੱਕ ਕਰਨੀ, ਮੋਟੀ ਧਾਰ ਮਾਸ਼ਾਅੱਲਾ, ਬਿਲਕੁਲ ਨਰਮ ਰੂੰ ਤਰ੍ਹਾਂ ਚਵਾ, ਧਾਰ ਬੜੀ ਮੋਟੀ ਮਾਸ਼ਾਅੱਲਾ, ਗਾਏ ਕੋਲ ਚਵਾ ਬੜਾ ਸ਼ਾਨਦਾਰ ਹੈ ਦੋਸਤੋ। ਇਹ ਦੇਖਣਾ ਮੇਰੇ ਵੀਰਾਂ ਭਰਾਵਾਂ ਨੇ ਮਾਸ਼ਾਅੱਲਾ, ਹਰ ਪਾਸੋਂ ਹੀ ਖਰੀ, ਖੁਰ ਤੋਂ ਲੈ ਕੇ ਕੰਢ ਤੱਕ ਗਰੰਟੀ ਵਾਲੀ ਤੇ 100% ਖਰਾ ਜਾਨਵਰ ਹੈ ਜਨਾਬੇ ਵਾਲੇ ਦੋਸਤੋ। ਗਾਏ 'ਚ ਐਬ ਕੋਨੀ ਦਾ, ਗਾਏ 'ਚ ਕੋਈ ਬਿਮਾਰੀ ਕੋਨੀ ਦੀ, ਗਾਏ 'ਚ ਕੋਈ ਮਸਲਾ ਨਹੀਂ ਹੈਗਾ। ਗਾਏ ਦੇ ਬਾਰੇ ਜੋ ਗੱਲ ਵੀਡੀਓ ਦੇ ਵਿੱਚ ਕਰਾਂਗੇ, 10 ਗੁਣਾ ਜ਼ਿਆਦਾ ਬਿਹਤਰ ਗਾਏ ਤੁਹਾਡੇ ਕੋਲ ਇਨਸ਼ਾਅੱਲਾ ਪਹੁੰਚੇਗੀ। ਬੱਚੇ, ਬੀਵੀਆਂ, ਔਰਤਾਂ, ਜਵਾਨ, ਬੁੜੇ ਆਸਾਨੀ ਨਾਲ ਗਾਏ ਨੂੰ ਚੋ ਸਕਦੇ ਨੇ। ਬੜੀ ਅਸੀਲ ਸ਼ਰਾਫ ਹੈ, ਬੱਚੇ ਚੋ ਸਕਦੇ ਨੇ, ਗਾਏ ਕੋਲ ਚਵਾ ਬੜਾ ਹੀ ਨਰਮ ਹੈ, ਧਾਰ ਬੜੀ ਮੋਟੀ ਮਾਸ਼ਾਅੱਲਾ, ਬੜਾ ਮੋਟਾ ਚਵਾ ਹੈ, ਅਤੇ ਨਸਲਜ਼ਾਤ ਵੱਲੋਂ ਦੋਸਤੋ ਵਲੈਤੀ ਦਾ ਕਰਾਸ ਹੈ ਮਾਸ਼ਾਅੱਲਾ, ਹਲਕਾ ਜਿਹਾ ਫਰੀਜ਼ਨ ਦਾ ਵੀ ਹੈਗਾ, ਵਲੈਤੀ ਤੋਂ ਫਰੀਜ਼ਨ ਕਰਾਸ ਦੇ ਵਿੱਚ ਮਾਸ਼ਾਅੱਲਾ, ਇੱਕ ਦੀਆਂ ਦੋ ਗਾਵਾਂ ਨੇ,
ਪਿੱਛੇ ਵੱਛੀ ਬੜੀ ਨਸਲ ਜ਼ਾਤ ਵੱਲੋਂ ਚੰਗੀ ਹੈ, ਬੜੀ ਚੰਗੀ ਵੱਛੀ ਮਾਸ਼ਾਲਾ, ਚੰਗੇ ਵਜੂਦ ਦੀ, ਚੰਗੀ ਜਸਾਮਨ ਦੀ ਅਤੇ ਚੰਗੇ ਪ੍ਰਿੰਟ ਅਤੇ ਰੰਗ ਰੂਪ ਦੀ ਮਾਸ਼ਾਲਾ। ਬਕਾਇਆ ਮੈਂ ਲਾਈਵ ਚੁਆਈ ਕਰਾ ਕੇ, ਲਾਈਵ ਪੈਂਟਾਂ ਅਤੇ ਲਾਈਵ ਗੱਡੀ ਮਾਰ ਕੇ ਵੀਰਾਂ ਆਪਾਂ ਦੱਸ ਦੇਣਾ ਕਿ ਗਾਇਕ ਕੋਲ ਟਾਈਮ ਟੂ ਟਾਈਮ ਕਿਹੜਾ ਦੋ ਟਾਈਮਾਂ ਦਾ ਦੁੱਧ ਮੌਜੂਦ ਹੈ, ਉਹ ਮੇਰੇ ਵੀਰਾਂ ਭਰਾਵਾਂ ਦੇ ਸਾਹਮਣੇ ਆ ਜਾਣਾ ਵੱਛੀ ਨੂੰ ਛੱਡ ਕੇ। ਬਕਾਇਆ ਗਾਇਕ ਕੋਲ ਕੱਦ ਬੜਾ ਹੀ ਵੱਡਾ ਹੈ ਮਾਸ਼ਾਲਾ, ਬੜਾ ਹੀ ਵੱਡਾ ਗਾਇਕ ਕੋਲ ਕੱਦ। ਇਹ ਧਾਰਾਂ ਸ਼ਾਰਾਂ ਮੇਰੇ ਵੀਰਾਂ ਭਰਾਵਾਂ ਨੇ ਨਾਪ ਚੈੱਕ ਕਰ ਲੈਣੀਆਂ। ਲਾਈਵ ਚੁਆਈ ਗਾਏ ਅਸੀਲ ਸ਼ਰਾਫ ਬੜੀ ਮਾਸ਼ਾਅੱਲਾ ਦੋਸਤੋ, ਅਸੀਲ ਸ਼ਰਾਫ ਬੜੀ ਮਾਸ਼ਾਅੱਲਾ। ਅਤੇ ਸਭ ਤੋਂ ਅੱਛੀ ਗੱਲ ਕਿ ਗਾਏ ਘਰੇਲੂ ਏ, ਘਰੇਲੂ ਜਾਨਵਰ ਏ, ਘਰ ਦੀ ਨਸਲ ਜ਼ਾਤ ਏ, ਘਰ ਦਾ ਸੂਆ ਹੈ, ਜਨਮਨ ਜਨਮਨ ਦੂਸਰਾ ਵਾਲਾ ਡਿਲੀਵਰ ਕੀਤਾ, ਇੱਕ ਦੀਆਂ ਦੋ ਗਾਵਾਂ ਨੇ ਮਾਸ਼ਾਅੱਲਾ। ਅਸੀਲ ਸ਼ਰਾਫ ਕਿੰਨੇ ਵੀ ਮੇਰੇ ਵੀਰ ਭਰਾ ਘਰੇਲੂ ਗਾਏ ਦੀ ਡਿਮਾਂਡ ਕਰਦੇ ਨੇ ਆਪਣੇ ਘਰ ਵਾਸਤੇ, ਘਰ ਚ ਓਵਨ ਪੀਣ ਵਾਸਤੇ, ਉਹਨਾਂ ਸਾਰੇ ਮੇਰੇ ਵੀਰਾਂ ਭਰਾਵਾਂ ਵਾਸਤੇ ਅੱਜ ਦਾ ਤੋਹਫ਼ਾ, ਅੱਜ ਦੀ ਗਾਏ ਬੜੀ ਬਿਹਤਰੀਨ ਹੈ ਮਾਸ਼ਾਅੱਲਾ। ਠੀਕ ਹੋ ਗਿਆ, ਠੀਕ ਹੈ, ਠੀਕ ਹੈ। ਬੜੀ ਮੋਟੀ ਤਾਰ ਮਾਸ਼ਾਅੱਲਾ, ਮੁੱਠ ਭਰ ਥਾਂ ਨੇ ਮਾਸ਼ਾਅੱਲਾ, ਗਿੱਠ ਗਿੱਠ ਦੀਆਂ ਵਿਰਲਾਂ ਦੇ ਵਿੱਚ ਗਾਏ ਫੁੱਲ ਬਾਰੀਕ ਹੈ ਦੋਸਤੋ, ਕਿਹੜੀ ਫੁੱਲ ਬਾਰੀਕ ਗਾਏ ਹੁੰਦੀ ਹੈ, ਚਮੜੀ ਵੱਲੋਂ ਫੁੱਲ ਬਾਰੀਕ ਹੁੰਦੀ ਹੈ ਹਮੇਸ਼ਾ ਤੋਂ। ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਜਾਣਦੇ ਨੇ, ਦੁੱਧ ਦੇਣ ਵਾਲੀ ਨਸਲ ਉਹ ਹੀ ਹੁੰਦੀ ਹੈ ਕਿਹੜੀ ਫੁੱਲ ਬਾਰੀਕੀਆਂ ਦੇ ਵਿੱਚ ਹੁੰਦੀ ਹੈ। ਮੋਟੀ ਤਹਿ ਵਾਲੀ ਗਾਏ ਦੁੱਧ ਨਹੀਂ ਦਿੰਦੀ, ਗਾਏ ਦੁੱਧ ਉਹ ਹੀ ਦਿੰਦੀ ਹੈ ਕਿਹੜੀ ਅੱਛੀ ਕਰਾਸ ਦੇ ਵਿੱਚ ਹੋਵੇ, ਫੁੱਲ ਬਾਰੀਕ ਹੋਵੇ, ਨਸਲ ਜ਼ਾਤ ਵੱਲੋਂ ਬਿਹਤਰੀਨ ਹੋਵੇ, ਉਹ ਹੀ ਦੁੱਧ ਦਿੰਦੀ। ਬਕਾਇਆ ਸ਼ੌਕੀਨ ਹਜ਼ਰਾਤ ਮੇਰੇ ਜਿੰਨੇ ਵੀਰ ਭਰਾ ਨੇ ਦੁੱਧ ਵਾਲਾ ਜਨਮ ਰੱਖਣਾ ਚਾਹੁੰਦੇ ਨੇ, ਉਹਨਾਂ ਵਾਸਤੇ ਅੱਜ ਦੀ ਗਾਏ ਬਿਹਤਰੀਨ ਹੈ ਮਾਸ਼ਾਅੱਲਾ। ਬੜਾ ਸੋਹਣਾ ਚੁਆਇਆ ਮਾਸ਼ਾਅੱਲਾ ਗਾਏ ਕੋਲੇ। ਲਾਈਵ ਚੁਆਈ ਮੇਰੇ ਵੀਰਾਂ ਭਰਾਵਾਂ ਨੇ ਏ ਟੂ ਜ਼ੀ ਪੂਰੀ ਦੇਖਣੀ, ਕੰਪਲੀਟ ਦੇਖਣੀ ਕਿ ਵੀਰਾਂ ਭਰਾਵਾਂ ਬੰਦੀ ਚੁਆਈ ਵੱਲੋਂ ਗਾਏ ਕਲੀਅਰ ਹੋ ਜਾਵੇ। ਬਾਅਦ ਤੋਂ ਮੇਰੇ ਵੀਰ ਭਰਾ ਕਹਿੰਦੇ ਨੇ ਕਿ ਅਬਦੁਲੀਮ ਬਾਈ ਇੱਕ ਅੱਧੀ ਚੁਆਈ ਹੋਰ ਦਿਓ, ਚੁਆਈ ਇੱਕ ਹੀ ਕਾਫੀ ਹੁੰਦੀ ਅਗਰ ਅੱਛੇ ਤਰੀਕੇ ਨਾਲ ਤੁਸੀਂ ਦੇਖ ਲਓ, ਤਸੱਲੀ ਕਰ ਲਓ, ਚੁਆਈ ਗਾਏ ਦੀ ਇੱਕ ਹੀ ਵੇਖੀ ਬੜੀ ਹੁੰਦੀ। ਬਕਾਇਆ ਚੁਆਈ ਵੱਲੋਂ ਗਾਏ ਖਰੀ, ਗਾਏ ਦੇ ਵਿੱਚ ਖੁਰ ਤੋਂ ਲੈ ਕੇ ਕੰਡ ਤੱਕ ਕੋਈ 1% ਵੀ ਐਬ ਹੋਇਆ, ਬਿਮਾਰੀ ਹੋਈ, ਮਸਲਾ ਹੋਇਆ, ਜ਼ਿੰਮੇਦਾਰ ਹੋਵਾਂਗੇ। ਨਸਲ ਜ਼ਾਤ ਚੰਗੀ ਦਿਆਂ ਦੇ, ਗਾਰੰਟੀ ਵਾਲਾ ਜਾਨਵਰ ਵੀਰਾਂ ਭਰਾਵਾਂ ਨੂੰ ਦਿਆਂ ਦੇ, ਅਗਾਂ ਵੀਰਾਂ ਭਰਾਵਾਂ ਦੇ ਜਨਾਬਿਆਂ ਲਈ ਨਸੀਬ, ਦੁੱਧ ਪਾਏ ਦਾ ਦੁੱਧ ਤੁਹਾਡੇ ਨਸੀਬ ਦਾ ਹੋਣਾ, ਗਾਏ ਅੱਛੀ ਦੇਣਾ ਜਨਾਬ ਜੀ ਸਾਡੀ ਜ਼ਿੰਮੇਦਾਰੀ। ਬਕਾਇਆ ਲਾਈਵ ਚੁਆਈ ਮੇਰੇ ਵੀਰਾਂ ਭਰਾਵਾਂ ਨੇ ਅੱਛੇ ਤਰੀਕੇ ਨਾਲ ਦੇਖ ਲੈਣੀ। ਫਾਂਡਾ ਪਾ ਕੇ ਗਾਏ ਨੀ ਸ਼ਕਲ ਹੋ ਜਾਵੇ।
ਪਹਿਲੀ ਵਾਰੀ ਚੋਂਦਾ ਪੈਣਾ ਤਾਂ ਕਰਤੇ ਪਹਿਲੀ ਵਾਰੀ ਚੋਂਦਾ ਪਰ ਫਿਰ ਵੀ ਬੜੀ ਚੰਗੀ ਚਵਾਈ ਹੁੰਦੀ ਸੀ ਨਹੀਂ ਚਵਾਈ ਸੋਹਣੀ ਕਰਦਾ ਭਾ ਪਹਿਲੀ ਵਾਰੀ ਕਰਦਾ ਪਿਆ ਬੱਚੇ ਆਸਾਨੀ ਨਾਲ ਚੋ ਸਕਦੇ ਨੇ ਦੋਸਤੋ ਕਰਦਾ ਹਰ ਫਰਦ ਇਸ ਗਾਏ ਨੂੰ ਆਸਾਨੀ ਨਾਲ ਚੋ ਸਕਦਾ ਬਗੈਰ ਵੰਗੇ ਤੋਂ ਵੀ ਚੋ ਸਕਦਾ ਲੇਕਿਨ ਵੰਗਾ ਪਾਉਣਾ ਜ਼ਰੂਰੀ ਹੈ ਇਹਤਿਆਤ ਵਾਸਤੇ ਬਕਾਇਆ ਜਾਨਵਰ ਹਰ ਪਾਸੋਂ ਖਰਾ ਦੋਸਤੋ ਅਤੇ ਜਿਹੜੇ ਵੀ ਮੇਰੇ ਵੀਰ ਭਰਾ ਦੇ ਇਲਾਕੇ ਟਾਊਨ ਸ਼ਹਿਰ ਘਰ ਜਾਇਆ ਤਾਂ ਅੱਲਾ ਹੁਕਮ ਨਾਲ ਕੋਈ ਮੇਰਾ ਵੀਰ ਭਰਾ ਮਾਯੂਸ ਨਹੀਂ ਹੋਵੇਗਾ ਕੋਈ ਕੰਪਲੇਨ ਨਹੀਂ ਕਰੇਗਾ ਕਿ ਗਾਏ ਮਾੜੀ ਗਾਏ ਨਸਲ ਜ਼ਾਤ ਵੱਲੋਂ ਦੋਸਤੋ ਢੇਰ ਚੰਗੀ ਹੈ ਨਸਲ ਜ਼ਾਤ ਵੱਲੋਂ ਬਕਾਇਆ ਵੀਰਾਂ ਭਰਾ ਨੂੰ ਦੱਸੀਂਦਾ ਕਿ ਖਰਾ ਜਾਨਵਰ ਲੈਣਾ ਹੋਵੇ ਗਰੰਟੀ ਵਾਲਾ ਅਤੇ ਸ਼ਰਤੀਆ ਘਰੇਲੂ ਫਿਰ ਜਨਾਬਿਆਂ ਲਈ ਪਾਕਪਤ ਨੇ ਐਨੀਮਲ ਟੀ ਵੀ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ ਬੜਾ ਸੋਹਣਾ ਚਵਾ ਹੈ ਮਾਸ਼ਾਅੱਲਾ ਗਾਏ ਕੋਲ ਦੁੱਧ ਦੀ ਮਸ਼ਕ ਅੱਲਾ ਦੇ ਹੁਕਮ ਨਾਲ ਦੁੱਧ ਦੀ ਨਹਿਰ ਹੈ ਗਾਏ ਦੁੱਧ ਵੱਲੋਂ ਮਾੜੀ ਨਹੀਂ ਹੈਗੀ ਦੁੱਧ ਦੇ ਗਾਏ ਕੋਲੋਂ ਕਿੰਨਾ ਮਰਜ਼ੀ ਲੈ ਲਓ ਅਗਰ ਇਹਨੂੰ ਅੱਛੀ ਖੁਰਾਕ ਟਾਈਮ ਟੂ ਟਾਈਮ ਪਾਵੋਂਦੇ ਗਾਏ ਦੁੱਧ ਬੜਾ ਹੀ ਜ਼ਿਆਦਾ ਦੇਦੀ ਮਾਸ਼ਾਅੱਲਾ ਜਵਾਬ ਬੜਾ ਸੋਹਣਾ ਅਤੇ ਦੁੱਧ ਵੱਲੋਂ ਅੱਲਾ ਦੇ ਹੁਕਮ ਨਾਲ ਦੁੱਧ ਦੀ ਨਹਿਰ ਹੈ ਦੁੱਧ ਦੀ ਮਸ਼ਕ ਹੈ ਮਾਸ਼ਾਅੱਲਾ ਵੱਛੀ ਵਾ ਦੁੱਧ ਛੱਡ ਦਿਓ ਭਾਈ ਜਾਨ ਵੱਛੀ ਬੜੀ ਕਮਾਲ ਹੈ ਦੋਸਤੋ ਵੱਛੀ ਬੜੀ ਕਮਾਲ ਹੈ ਬਸ ਮੀਆਂ ਨਵੀਦ ਵੱਛੀ ਬਾਤ ਉਹ ਛੱਡ ਦੇ ਯਾਰ ਉਹ ਵੱਛੀ ਬਾਤ ਛੱਡ ਦੇ ਵੀਡੀਓ ਲੰਮੀ ਬੜੀ ਹੋ ਜਾਣੀ ਯਾਰ ਦੁੱਧ ਗਾਏ ਕੋਲੇ ਦੋਸਤੋ ਬੜਾ ਹੀ ਜ਼ਿਆਦਾ ਬਹੁਤ ਜ਼ਿਆਦਾ ਦੁੱਧ ਮਾਸ਼ਾਅੱਲਾ ਗਾਏ ਕੋਲੇ ਮੈਂ ਕਹਿੰਦਾ ਵੱਛੀ ਬਾਤ ਛੱਡ ਦਿਓ ਯਾਰ ਵੱਛੀ ਬੜੀ ਚੰਗੀ ਵੱਛੀ ਪਾਲੀ ਜਾਵੇ ਹੋਰ ਕੀ ਚਾਹੀਦਾ ਮੈਂ ਕਹਿੰਦਾ ਵੱਛੀ ਬਾਤ ਛੱਡ ਦਿਓ ਯਾਰ ਇਹ ਤਾਂ ਸਾਹਮਣੇ ਰੱਖ ਫੈਂਟਾ ਲਾਓ ਯਾਰ ਗਾਏ ਕੋਲੇ ਟਾਈਮ ਟੂ ਟਾਈਮ ਦੋਸਤੋ 7 ਤੋਂ 8 ਕਿਲੋ ਦੁੱਧ ਹਾਜ਼ਰ ਮੌਕੇ ਮੌਜੂਦ ਹੈ ਬਕਾਇਆ ਗਾਏ ਨੂੰ ਖੁਰਾਕ ਅੱਛੀ ਪਾਵੋਂ ਦੇ ਵੰਡਾ ਛੰਡਾ ਰੋਟੀ ਛੁੱਟੀਆਂ ਪਾਵੋਂ ਦੇ ਗਾਏ ਦੁੱਧ ਅੱਲਾ ਦੇ ਹੁਕਮ ਨਾਲ ਇੱਕ ਟਾਈਮ ਦਾ 10 ਕਿਲੋ ਦੇ ਠੀਕ ਹੋ ਗਿਆ ਇਹ ਮੇਰੇ ਵੀਰਾਂ ਭਰਾਵਾਂ ਨੂੰ ਤਸੱਲੀ ਕਰਨੀ ਲਾਈਵ ਮਨਾਈ 1 ਕਿਲੋ ਦੁੱਧ ਵੀ ਮੱਝਾਂ ਤਰ੍ਹਾਂ ਸੰਘਣਾ ਮੱਝਾਂ ਤਰ੍ਹਾਂ ਫੁੱਲ ਤੇ ਫੁੱਲ ਵਾਈਟ 2 ਕਿਲੋ
ਤਿੰਨ ਕਿਲੋ, ਚਾਰ ਕਿਲੋ, ਪੰਜ ਕਿਲੋ, ਛੇ ਕਿਲੋ, ਜਲਦੀ ਕਰੋ, ਵੀਡੀਓ ਲੰਬੀ ਬਹੁਤ ਹੋ ਜਾਣੀ. ਸੱਤ ਕਿਲੋ, ਅੱਠ ਹੋ ਗਏ. ਪਲਟ ਲਾ, ਗੜਵੀ ਪਲਟ ਲਾ, ਗੜਵੀ ਹੋਣ ਲੱਗ ਗਿਆ. ਚਲੋ ਠੀਕ ਹੋ ਗਿਆ ਜਨਾਬ.